ਅਸਲਾਮ ਵਾਲੇਕੁਮ ਜੀ, ਮੈਂ ਕਮਾਂਡਰ ਜੰਗਵਰ। ਮੈਂ ਬੜੇ ਅਰਸੇ ਤੋਂ ਇੱਕ ਗੱਲ ਕਰਨਾ ਚਾਹੁੰਦਾ ਸਾਂ। ਸਾਡੇ ਪਾਕਿਸਤਾਨ ਦੇ ਦੋ ਹੋਣਹਾਰ ਬੇਟੇ ਨੇ, ਆਤਿਫ ਅਸਲਮ ਬਾਈ ਅਤੇ ਅਲੀ ਜ਼ਫਰ ਬਾਈ। ਮਾਸ਼ਾਅੱਲਾ ਦੋਨੋਂ ਆਪਣੀ ਆਪਣੀ ਜਗ੍ਹਾ 'ਤੇ ਸਾਡੇ ਅੱਖਾਂ ਦੇ ਤਾਰੇ ਨੇ। ਲੇਕਿਨ ਮੈਂ ਇੱਕ ਗੱਲ ਬੜੀ ਡਿਸਅਪੋਇੰਟਡ ਮੈਨੂੰ ਲੱਗੀ। ਮੈਂ ਆਪ ਲਾਹੌਰੀ ਹਾਂ, ਅਲਹਮਦੁਲਿਲਾ, ਜੰਜੂਆ, ਕਮਾਂਡਰ ਜੰਜੂਆ। ਅਤੇ ਗੱਲ ਇਹ ਕਿ ਦੇਖੋ, ਸਾਡੇ ਇਸ ਮੁਲਕ 'ਚ ਨਾ ਹਲੇ ਇਸ ਸੈਕਟਰ ਦੇ ਵਿੱਚ ਡਿਵੈਲਪਮੈਂਟ ਸਟਾਰਟ ਹੋਈ ਹੈ, ਮੀਡੀਆ ਸੈਕਟਰ ਦੇ ਵਿੱਚ, ਫਿਲਮ ਲਾਈਨ ਦੇ ਵਿੱਚ, ਸਿੰਗਿੰਗ ਜੇ ਵੋ। ਅਤੇ ਤੁਸੀਂ ਕੌਨਸਪੀਰੇਸੀਜ਼ ਬਹੁਤ ਜ਼ਿਆਦਾ ਆਪਸ 'ਚ ਡਿਵੈਲਪ ਕਰ ਰਹੇ ਜੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਸ ਅਲੀ ਜ਼ਫਰ ਵੀ ਅੱਲਾਹ ਪਾਕ ਉਹਨੂੰ ਵੀ ਤਰੱਕੀ ਦੇ, ਆਤਿਫ ਅਸਲਮ ਨੂੰ ਵੀ ਅੱਲਾਹ ਪਾਕ ਤਰੱਕੀ ਦੇ। ਠੀਕ ਹੈ, ਸਾਡੇ ਦੋਨੋਂ ਬਹੁਤ ਮੌਜ਼ਜ਼ ਬਾਈ ਨੇ। ਆਪਸ 'ਚ ਚੱਲਣਾ ਵਾਲੇ ਕੰਮ ਹੁੰਦੇ ਨੇ, ਰੈਵੈਲਰੀਜ਼ ਬਣਾਉਣਾ, ਕੌਨਸਪੀਰੇਸੀਜ਼ ਬਣਾਉਣਾ। ਅਤੇ ਪਾਕਿਸਤਾਨ ਦੇ ਦੋ ਮਾਇਆ ਨਾਜ਼ ਮਾਸ਼ਾਅੱਲਾ ਬੇਟੇ ਨੇ, ਅੱਲਾਹ ਪਾਕ ਦੋਨੋਂ ਨੂੰ ਚਮਕਾਏ, ਵਰਲਡ ਵਾਈਡ ਨਾਮ ਕਮਾਨ, ਆਮੀਨ ਸੁਨਾਮੀ। ਅਤੇ ਕਹਿਣ ਦਾ ਮਕਸਦ ਹੈ ਕਿ ਕਦੀ ਵੀ ਜ਼ਿੰਦਗੀ 'ਚ ਕਿਸੇ ਫੀਲਡ ਦੇ ਵਿੱਚ ਮੁਨਾਫਤ ਨਹੀਂ ਹੋਣੀ ਚਾਹੀਦੀ ਦਿਲ ਦੇ ਅੰਦਰ। ਠੀਕ ਹੈ ਜੀ।